2025 ਤੋਂ ਆਪਣੇ ਘਰਾਂ ਵੱਲ ਪਰਤਿਆ ਜਾਵੇ ਖਾਲਸੇ ਦਾ ਨਾਰਾ ਹੋਵੇਗਾ ਚਲੋ ਪੰਜਾਬ ਪਹਿਲੇ ਗੇੜ ਚ ਸਾਡੇ ਬਜ਼ੁਰਗ ਮਾਵਾ ਅਤੇ ਬਾਪੂ ਪੰਜਾਬ ਦੀਆਂ ਚਾਬੀਆਂ ਲੈ ਕੇ ਜਾਣਗੇ ਅਤੇ ਘਰਾਂ ਨੂੰ ਖੋਲ ਕੇ ਆਪਣੇ ਅਮੀਰ ਵਿਰਸੇ ਤੋਂ ਗਰਦ ਝਾੜਨਗੇ ਪਹਿਲੇ 2 ਸਾਲਾਂ ਚ 1 ਲੱਖ ਬਜ਼ੁਰਗ ਪੰਜਾਬ ਜਾਣਗੇ ਜਿਹੜੇ ਵੀਰ ਅਤੇ ਪਰਿਵਾਰ ਜ਼ਾਲਮ ਹਕੂਮਤੇ ਨਿਸ਼ਾਨੇਪੁਰ ਹਨ ਉਹਨਾਂ ਨੂੰ ਅਸੀਂ 2030 ਤੱਕ ਆਪਣੇ ਜਜ਼ਬਾਤ ਰੋਕ ਕੇ ਰੱਖਣ ਦੀ ਬੇਨਤੀ ਕਰਦੇ ਹਾਂ ਅਗਲੇ 3 ਸਾਲਾਂ ਚ ਪੰਜਾਬ ਦੇ ਪਿੰਡਾਂ ਚ 500 ਖਾਲਸਾ ਪੰਚਾਇਤਾਂ ਦੀ ਸਥਾਪਨਾ ਕੀਤੀ ਜਾਵੇਗੀ ਜੋ ਗੁਪਤ ਤਰੀਕੇ ਨਾਲ ਕਾਰਜ ਕਰਨਗੀਆਂ ਇਹ ਪੰਚਾਇਤਾਂ ਖਾਲਸਾ ਰਾਜ ਦੇ ਦਫਤਰੀ ਰਾਜ ਪ੍ਰਬੰਧ ਅਤੇ ਦੋਸ਼ੀਆਂ ਅਪਰਾਧੀਆਂ ਨੂੰ ਸਜ਼ਾਵਾ ਦੇਣ ਦੀ ਵਿਧੀ ਬਾਰੇ ਸੰਭਾਵਨਾਵਾਂ ਦਾ ਪਤਾ ਲਾਉਣ ਗਿਆ ਖਾਲਸਾ ਪੰਥ ਮਹਿਸੂਸ ਕਰਦਾ ਹੈ ਕਿ ਇੰਡੀਅਨ ਹਕੂਮਤ ਨੇ ਇੱਕ ਤੈਸ਼ੁਦਾ ਪ੍ਰੋਗਰਾਮ ਦੇ ਅਧੀਨ ਪੰਜਾਬ ਚ ਖਾਲਸੇ ਨੂੰ ਖਤਮ ਕਰਨ ਲਈ ਯੂਪੀ ਬਿਹਾਰ ਅਤੇ ਹੋਰ ਦੂਜੀਆਂ ਸਟੇਟਾਂ ਤੋਂ ਧੱਕੇ ਨਾਲ ਪਰਵਾਸ ਕਰਵਾਇਆ ਹੈ ਅਸੀਂ ਮਹਿਸੂਸ ਕਰਦੇ ਹਾਂ ਕਿ ਗੁਰੂ ਖਾਲਸੇ ਦੀ ਧਰਤੀ ਨਾਲ ਇਹ ਵੱਡਾ ਧੱਕਾ ਹੈ ਵਿਉਂਤਾ ਲਾ ਕੇ ਪੰਜਾਬ ਤੇ ਥੋਪਿਆ ਗਿਆ ਇਹ ਪੰਜਾਬ ਅਤੇ ਪੰਜਾਬੀ ਵਿਰੋਧੀ ਪ੍ਰਵਾਸ ਖਾਲਸਾ ਪੰਥ ਨੂੰ ਪਰਵਾਣ ਨਹੀਂ ਅਸੀਂ ਹੁਕਮ ਕਰਦੇ ਹਾਂ ਕਿ 2027 ਤੱਕ ਗੈਰ ਪੰਜਾਬੀ ਵਸੋਂ ਪੰਜਾਬ ਤੋਂ ਚਲੀ ਜਾਵੇ ਜੇਕਰ ਕਿਸਾਨੀ ਲਈ ਪ੍ਰਵਾਸੀ ਮਜ਼ਦੂਰਾਂ ਜਾਂ ਕਾਮਿਆਂ ਦੀ ਲੋੜ ਹੋਵੇ ਤਾਂ ਸਬੰਧਤ ਪਿੰਡ ਦੀ ਪੰਚਾਇਤ ਦੀ ਰਜ਼ਾਮੰਦੀ ਅਤੇ ਪੰਜਾਬ ਆਉਣ ਵਾਲੇ ਮਜ਼ਦੂਰ ਜਾਂ ਕਾਮੇ ਦੀ ਪਛੋਕੜ ਦੀ ਕਹਾਣੀ ਅਤੇ ਕਿਰਦਾਰ ਨੂੰ ਜਾਣ ਕੇ ਉਸ ਨੂੰ ਜਿੰਨੇ ਸਮੇਂ ਲਈ ਕੰਮ ਹੋਵੇ ਪੰਜਾਬ 'ਚ ਰਹਿਣ ਦੀ ਇਜਾਜ਼ਤ ਮਿਲ ਸਕਦੀ ਹੈ ਅਸੀਂ ਸਮੂਹ ਗੁਰੂ ਖਾਲਸੇ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਸਿੱਖਾਂ ਸਿੱਖ ਸੰਪਰਦਾਵਾਂ ਟਕਸਾਲਾਂ ਜਥੇਬੰਦੀਆਂ